ਮੇਰੇ ਹਾਈ ਕਮਾਂਡ ਨੇ ਵਿਸ਼ਵਾਸ ਕਰਕੇ ਜੋ ਮੇਰੀ ਜ਼ਿੰਮੇਵਾਰੀ ਲਾਈ ਹੈ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਜਿੱਤ ਕੇ ਸੀਟ ਮੈਂ ਆਪਣੇ ਹਾਈ ਕਮਾਂਡ ਦੀ ਝੋਲੀ 'ਚ ਪਾਵਾਂਗਾ। ਲੋਕਾਂ ਦਾ ਵਿਸ਼ਵਾਸ 'ਤੇ 100% ਖੜਾ ਉਤਰਾਂਗਾ। ਜਿਹੜੇ ਲੋਕਾਂ ਦੀ ਡਿਵੈਲਪਮੈਂਟ ਦੇ ਮੁੱਦੇ ਹੈ, ਹੋਰ ਕਈ ਪ੍ਰੋਬਲਮਸ ਹੈ, ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਾਵਾਂਗਾ। ਮੈਂ ਲੋਕਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਮੈਨੂੰ ਇੱਕ ਮੌਕਾ ਦਿਓ। ਮੇਰੇ ਤੋਂ 40 ਸਾਲ ਤੋਂ ਮੈਂ 40 ਸਾਲ ਹੋ ਗਿਆ ਮੈਨੂੰ ਸ਼ਹਿਰ 'ਚ ਕੰਮ ਕਰਦੇ। ਲੋਕਾਂ ਨੂੰ ਮੇਰੇ ਬਾਰੇ ਬਹੁਤ ਅੱਛੀ ਤਰ੍ਹਾਂ ਪਤਾ, ਮੈਂ ਤਾਂ ਇੱਕ ਖੁੱਲ੍ਹੀ ਕਿਤਾਬ ਹੈ, ਹਮੇਸ਼ਾ ਕਰਪਸ਼ਨ ਦੇ ਖਿਲਾਫ਼ ਲੜੇ ਹੈ, ਲੋਕਾਂ ਦੀਆਂ ਲੜਾਈਆਂ ਲੜੀਆਂ। ਅੱਜ ਵੀ ਮੌਕਾ ਦੇਣਗੇ ਲੋਕ ਤਾਂ ਮੈਂ ਲੋਕਾਂ ਦੇ ਹੱਕਾਂ ਦੇ ਲਈ ਲੜਾਈ ਲੜਾਂਗਾ। ਲੋਕਾਂ ਦੇ ਲਈ ਜੰਮਿਆ, ਲੋਕਾਂ ਲਈ ਮਰਿਆ ਮਰਨਾ। ਮੇਰਾ ਆਪਣਾ ਕੋਈ ਸਵਾਰਥ ਨਹੀਂ ਹੈ, ਮੈਂ ਲੋਕਾਂ ਦੀ ਸੇਵਾ ਲਈ ਹੈ, ਲੋਕਾਂ ਦੀ ਸੇਵਾ ਕਰਨੀ ਹੈ।